ਸਾਰੀ ਵਾਰਦਾਤ ਇਹ ਹੋਈ ਹੈ ਕਿ ਮੈਂ ਰਾਤੀ ਸ਼ੋਪ ਤੋਂ ਆ ਰਿਹਾ ਸੀਗਾ, ਕੱਲ੍ਹ ਕਾਰ ਲਿਆ ਕੇ ਗਿਆ ਸ਼ੋਪ 'ਤੇ, ਅਤੇ ਬੁਲਟ ਮੈਂ ਘਰ ਸ਼ੋਪ ਦੇ ਘਰ ਦੇ ਬਾਹਰ ਖੜ੍ਹੇ ਕਰ ਗਿਆ ਸੀਗਾ, ਅਤੇ ਰਾਤੀ ਮੈਂ 8 ਵਜੇ ਮੈਂ ਪਹੁੰਚਿਆ, 8:55 ਅਤੇ 7:58 'ਤੇ ਲੈ ਕੇ ਬੁਲਟ ਚੋਰੀ ਕਰਕੇ। 5 ਮਿੰਟ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਬੁਲਟ ਮੇਰਾ ਹੈ ਨਹੀਂ, ਅਤੇ ਮੁੜ ਕੇ ਆ ਗਿਆ ਆਪਾਂ ਵੀ ਕੈਮਰੇ ਕੋਲ ਸਾਰਾ ਕੁਝ ਚੈੱਕ ਕੀਤਾ ਕਿ ਬੁਲਟ ਨਹੀਂ ਲੱਭਿਆ ਭਾਅ ਜੀ, ਸਾਰੇ ਪਾਸੇ ਦੇਖਿਆ। ਮਹੱਲਾ ਕਿਹੜਾ ਭਾਅ ਜੀ? ਕਮਾਲਪੁਰ ਭਾਅ ਜੀ। ਠੀਕ ਹੈ, ਸੀਸੀਟੀਵੀ ਵੀ ਸਾਹਮਣੇ ਆਈ? ਹਾਂਜੀ, ਸੀਸੀਟੀਵੀ ਸਾਹਮਣੇ ਆਈ, ਪਰ ਸ਼ਕਲ ਨਹੀਂ ਦੇਖ ਰਹੀ ਭਾਈ ਸਾਹਿਬ। ਕਿੰਨੇ ਉਹਦੇ ਵਿੱਚ ਨੌਜਵਾਨ ਨਜ਼ਰ ਆ ਰਹੇ ਨੇ ਭਾਈ? ਇਹ 2 ਆ, ਇੱਕ ਸਰਦਾਰ ਆ ਮੁੰਡਾ, ਇੱਕ ਮੋਨਾ ਟੋਪੀ ਪਾਈ ਆ। ਠੀਕ ਹੈ, ਕਿਹੜਾ ਮਾਡਲ ਸੀ ਬੁਲਟ ਇਹ ਭਾਈ? 2018 ਮਾਡਲ ਸਟੈਂਡਰਡ ਆ, ਬਲੈਕ ਕਲਰ। ਠੀਕ ਹੈ, ਨਿਊ ਲਿਆ ਸੀ ਤੁਸੀਂ? ਹਾਂਜੀ ਭਾਈ, ਨਿਊ ਲਿਆ ਸੀਗਾ। ਪੁਲਿਸ ਨੇ ਕੰਪਲੇਂਟ ਕਰ ਦਿੱਤੀ? ਹਾਂਜੀ ਭਾਈ, ਰਾਤੀ ਕੀਤੀ ਹੈ ਜੀ। ਅਤੇ ਕੀ ਕਹਿ ਰਹੇ ਹੁਣ ਪੁਲਿਸ ਵਾਲੇ? ਭਾਈ ਪੁਲਿਸ ਵਾਲੇ ਆਹੀ ਕਹਿ ਰਹੇ ਕਿ ਤੁਸੀਂ ਫੋਟੋ ਚੈੱਕ ਕਰੋ, ਕਲੀਅਰ ਸਾਰ ਕੋਲ ਲਿਆ ਕੇ ਆਓ ਫੋਟੋ ਵਗੈਰਾ, ਤੇ ਆਪਾਂ ਅੱਗੇ ਕਾਰਵਾਈ ਕਰਦੇ ਹਾਂ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।